ਹੈ। ਜਨਤਾ ਕਰਫਿਊ 7 ਵਜੇ ਤੋਂ ਰਾਤ 9 ਵਜੇ ਤੱਕ ਇਹ ਕਰਫਿਊ ਜਾਰੀ ਰਹੇਗਾ। ਰਾਸ਼ਨ ਅਤੇ ਦਵਾਈ ਦੇ ਦੁਕਾਨਾਂ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਇਲਾਵਾ ਟ੍ਰੇਨਾਂ ਬੱਸਾਂ ਸਭ ਕੁਝ ਬੰਦ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਮਾਰਚ ਨੂੰ ਜਨਤਾ ਕਰਫਿਊ ਦੀ ਅਪੀਲ ਕੀਤੀ ਸੀ। ਜਨਤਾ ਕਰਫਿਊ ਦੇ ਸ਼ੁਰੂਆਤ ਤੋਂ ਕੁਝ ਸਮਾਂ ਪਹਿਲਾਂ PM ਨੇ ਕੋਰੋਨਾ ਵਾਇਰਸ ਤੋਂ ਲੜਨ ਦੇ ਅਹਿਦ ਨੂੰ ਦੁਹਰਾਇਆ। ਉਹਨਾਂ ਕਿਹਾ ਕਿ ਆਓ ਅਸੀਂ ਸਾਰੇ ਇਸ ਕਰਫਿਊ ਦਾ ਹਿੱਸਾ ਬਣੀਏ ਜੋ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਤਾਕਤ ਦੇਵੇਗਾ। ਜੋ ਕਦਮ ਹੁਣ ਚੁੱਕਾਂਗੇ ਉਹ ਆਉਣ ਵਾਲੇ ਸਮੇਂ ਵਿੱਚ ਮਦਦ ਕਰੇਗਾ। ਭਾਰਤ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 324 ਹੋ ਗਈ ਹੈ ਅਤੇ ਕੁਝ ਮੌਤਾਂ 4 ਦਰਜ ਕੀਤੀਆਂ ਗਈਆਂ ਹਨ। ਚੰਡੀਗੜ੍ਹ ਵਿੱਚ ਇੱਕ ਹੋਰ ਕੇਸ ਪੋਜ਼ਿਟਿਵ ਪਾਇਆ ਗਿਆ ਹੈ। ਪੰਜਾਬ ਵਿੱਚ ਵੀ ਜਨਤਾ ਕਰਫਿਊ ਦਾ ਅਸਰ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ। ਕਈ ਥਾਵਾਂ 'ਤੇ ਪੁਲਿਸ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਦੀ ਨਜ਼ਰ ਆਈ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਉਸੇ ਹੀ ਕੜੀ ਤਹਿਤ ਕਸਬਾ ਕਾਨਵਾਨ ਚੱਕਸਰੀ ਅਤੇ ਕਸਬਾ ਭੈਣੀ ਮੀਆਂ ਖਾਂ 'ਚ ਬਾਜ਼ਾਰ ਦੁਕਾਨਾਂ ਕਾਰੋਬਾਰ ਬੰਦ ਰਹੇ। Thank you.